ਅੱਜ ਯਾਰ ਤੇਰੇ ਬਾਰੇ ਨੂੰ ਮੇਰਾ ਗਲਾ ਬਣ ਗਿਆ। ਅੱਜ ਮੇਰੇ ਪਾਸ ਮੇਰੇ ਬਹੁਤ ਹੀ ਪਿਆਰੇ, ਤੁਹਾਡੇ ਸਾਰਿਆਂ ਦੇ ਪਿਆਰੇ ਨੀਟੂ ਸ਼ਟਰਾਂ ਵਾਲੇ ਜੀ, ਜਿਹੜੇ ਮੇਰੇ ਮੁਕਾਬਲੇ 'ਚ ਇਲੈਕਸ਼ਨ ਲੜ ਰਹੇ, ਉਹ ਆਏ ਹੈ। ਮੈਨੂੰ 1.5 ਮਹੀਨੇ ਤੋਂ ਇਹਨਾਂ ਦਾ ਬਹੁਤ ਖਤਰਾ ਪਿਆ ਹੋਇਆ ਸੀ ਇਲੈਕਸ਼ਨ ਦੇ ਵਿੱਚ। ਮੈਂ ਅੱਜ ਵੀ ਰੱਬ ਰੱਬ ਕਰਕੇ ਇਲੈਕਸ਼ਨ ਕੱਢਿਆ ਪੂਰਾ, ਅਤੇ ਮੈਨੂੰ ਐਂ ਸੀ ਕਿ ਇਹਨਾਂ ਨੇ ਬਹੁਤ ਜ਼ਿਆਦਾ ਵੋਟਾਂ ਲੈ ਜਾਣੀਆਂ, ਮੇਰੇ ਤੋਂ ਅੱਗੇ ਜਾਣਗੇ। ਪਰ ਅੱਜ ਇਹ ਮੇਰੇ ਪਾਸ ਆ ਗਏ, ਇਹ ਕਹਿੰਦੇ ਵੀ ਜੇ ਮੈਂ ਜਿੱਤ ਵੀ ਗਿਆ ਤਾਂ ਵੀ ਸਰਟੀਫਿਕੇਟ ਤੁਹਾਨੂੰ ਦੇਦਾ। ਮੈਂ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜੈ ਭੀਮ, ਜੈ ਭਗਤ, ਜੈ ਭਗਵਾਨ ਵਾਹਿਗੁਰੂ, ਜੈ ਗੁਰੂ ਰਵਿਦਾਸ, ਧੰਨ ਧੰਨ ਸ਼੍ਰੀ ਗੁਰੂ ਰਵਿਦਾਸ ਮਹਾਰਾਜ। ਹਾਲਾ ਲੁਈਆ ਗੌਂਸ ਵਾਹ ਖੁਸ਼ੀਆਂ ਦਾ ਵਾਲਾ ਪੜਾ, ਸਭ ਨੂੰ ਖੁਸ਼ ਰੱਖਿਆ, ਤੂੰ ਹੀ ਨਮਨਕਾਰ, ਮੈਂ ਤੇਰੀ ਸ਼ਰਨ, ਮੈਨੂੰ ਬਖਸ਼ੋ। ਜਕਾਰਾ ਮਾਂ ਚਿੰਤਪੁਰੀ ਦਾ ਬਹੁਤ ਸਾਰੇ ਦਰਬਾਰ ਦੀ ਜੈ। ਦੇਖੋ ਜੀ, ਅਸੀਂ ਕਿਤੇ ਕਿਤੇ ਮੰਨਣ ਵਾਲੇ ਬੰਦੇ ਆ, ਤੇ ਸਾਨੂੰ ਨਹੀਂ ਪਤਾ ਵੀ ਗਲਤ ਕੀ ਆ ਤੇ ਸਹੀ ਕੀ ਆ। ਲੇਕਿਨ ਅੱਜ ਜਿਹੜੇ ਇਲੈਕਸ਼ਨ ਹੋ ਗਏ ਆ, ਇਲੈਕਸ਼ਨ ਹੋ ਗਏ, ਸਾਰਾ ਕੁਝ ਹੋ ਗਿਆ ਸੀਗਾ, ਤੇ ਅੱਜ ਆਪਾਂ ਇਕੱਠੇ ਬੈਠੇ, ਮੇਰਾ ਬੜਾ ਰੂਹ ਕਰਦੀ ਸੀ ਭਾਜੀ ਨੂੰ ਮਿਲਣ ਵਾਸਤੇ। ਪਰ ਇਹ ਜਦੋਂ ਸੀਐਮ ਬਣੇ ਸੀ ਭਾਜੀ, ਉਸ ਤੋਂ ਬਾਅਦ ਯਾਰ ਮੈਂ ਮਿਲ ਕੇ ਆਉਣਾ ਭਾਜੀ ਨੂੰ, ਪਰ ਰੱਬ ਨੇ ਕੋਈ ਟਾਈਮ ਨਹੀਂ ਦਿੱਤਾ। ਹੁਣ ਅੱਜ ਇਲੈਕਸ਼ਨ ਨਿਬੜ ਗਿਆ, ਸਾਰਾ ਕੁਝ ਨਿਬੜ ਗਿਆ, ਕਿਉਂਕਿ ਇਲੈਕਸ਼ਨ ਆਪਣੀ ਜਗ੍ਹਾ 'ਤੇ ਆ, ਅਸੀਂ ਇਨਸਾਨ ਆਪਣੀ ਜਗ੍ਹਾ, ਪਹਿਲਾਂ ਆਪਾਂ ਇਨਸਾਨ ਆ ਜੀ, ਇਲੈਕਸ਼ਨ ਤੋਂ ਬਾਅਦ ਦੀ ਗੱਲਾਂ, ਕਿਉਂਕਿ ਜੇ ਕਿਸੇ ਦੁੱਖ ਦਰਦ ਨਹੀਂ ਬਣਾਇਆ ਤਾਂ ਉਹਦਾ ਫਾਇਦਾ ਕੋਈ ਨਹੀਂ। ਅਤੇ ਕਿਉਂਕਿ ਹੁਣ ਮੈਂ ਅੱਜ ਪ੍ਰਣ ਕੀਤਾ ਵੀ ਮੈਂ ਇਲੈਕਸ਼ਨ ਨਹੀਂ ਲੜਨਾ, ਅਤੇ ਮੈਂ ਸਾਰਾ ਸਾਨੂੰ ਪਹਿਲਾਂ ਵੀ ਕਰਤਾ ਅਤੇ ਹੁਣ ਵੀ ਕਰ। ਮੇਰੇ ਘਰ ਦੇ ਬੜੇ ਹੈਰਾਨ ਹੋ ਗਏ ਯਾਰ, ਜਿਹੜਾ ਬੰਦਾ ਰਾਤ ਨੂੰ ਸੌਂਦਾ ਨਹੀਂ, ਦਿਨੇ ਨਹੀਂ ਸੌਂਦਾ ਸੀਗਾ, ਉਹ ਕਹਿੰਦਾ ਇਲੈਕਸ਼ਨ ਇਲੈਕਸ਼ਨ। ਰਾਤ ਨੂੰ ਪੋਸਟਰ ਲਾਉਣਾ ਆਪ ਚੱਲ ਜਾਂਦਾ ਸੀਗਾ, ਬੰਦਾ ਨਹੀਂ ਲੈਂਦਾ ਸੀਗਾ ਕੋਈ, ਆ ਪ੍ਰਚਾਰ ਕਰਨਾ ਆਪ ਚੱਲ ਜਾਂਦਾ ਸੀਗਾ, ਕਿ ਅੱਜ ਉਹ ਬੰਦਾ ਕਹਿੰਦਾ ਮੈਂ ਨਹੀਂ ਲੜਨਾ ਯਾਰ। ਬੜੀ ਉਹ ਮੇਰੇ ਘਰਦਿਆਂ ਨੂੰ ਗੱਲ ਹਜ਼ਮ ਨਹੀਂ ਹੋ ਰਹੀ, ਉਹ ਕਹਿੰਦੇ ਵੀ ਤੇਰੀ ਚਾਲ ਹੋ ਗਈ। ਮੈਂ ਕਿਹਾ ਵੀ ਮੇਰੀ ਕੋਈ ਚਾਲ ਨਹੀਂ ਹੈਗੀ ਇਹਦੇ ਵਿੱਚ, ਯਕੀਨ ਮੰਨ ਲਓ ਮੈਂ ਸੱਚ ਕਹਿੰਦਾ ਵੀ, ਮੈਂ ਕਿਹਾ ਵੀ ਮੈਂ ਹਾਰ ਗਿਆ, ਮੈਂ ਥੱਕ ਗਿਆ, ਹੁਣ ਨਹੀਂ ਕਰੂੰਗਾ ਸਰ। ਅਤੇ ਜੇ ਹੁਣ ਹੋਊਗਾ ਤਾਂ ਆਪਣਾ ਕੋਈ ਕਾਰੋਬਾਰ ਦੇਖਾਂਗੇ, ਜਾਂ ਕੋਈ ਨਵਾਂ ਸ਼ਟਰਾਂ ਦਾ ਫਿਰ ਇੱਕ ਹੋਰ ਕਾਰੋਬਾਰ ਮੈਂ ਉਹ ਖੋਲ੍ਹਾਂਗਾ, ਉਹਦੇ ਵਿੱਚ ਲੋਕਾਂ ਸਾਹਮਣੇ ਆਊਂਗਾ, ਜਾਂ ਆਪਣੇ ਫਿਲਮੀ ਗਾਣਿਆਂ ਦੇ ਵਿੱਚ, ਜਾਂ ਇੱਕ ਮੇਰਾ ਨਵਾਂ ਗਾਣਾ ਆ ਰਿਹਾ ਉਹ ਪੁਰਾਣਾ ਛੇਤੀ ਲਾਉਣ ਚਾਹੁੰਦਾ ਜੀ। ਹੁਣ ਮੈਂ ਇਹਦਾ ਪਾਸੇ ਦਾ ਦਿਮਾਗ 'ਚ ਨਿਕਲ ਜਾਵੇ ਬਸ, ਵੀ ਇਸ ਪਿੱਛਾ ਛੁੱਟ ਜਾਵੇ, ਉਸ ਤੋਂ ਬਾਅਦ ਮੈਂ ਕੁਛ ਹੋਰ ਕਰਾਂਗਾ ਜੀ ਜ਼ਿੰਦਗੀ ਦੇ ਵਿੱਚ, ਜੇ ਤੁਹਾਡਾ ਹੁਕਮ ਹੋਵੇ ਤਾਂ ਗਾਣਾ ਸੁਣਾਵਾਂਗਾ। ਐਸ ਮੈਸ ਸਭ ਹੋ ਗਏ, ਅੱਡੇ ਬਣ ਗਏ ਬਾਰਡਰ ਤੇ, ਉਹ ਪੀਜ਼ੀਆਂ ਵਾਂਗੂ ਚਿੱਟਾ ਅੱਜ ਕੱਲ ਮਿਲਦਾ ਆਰਡਰ ਤੇ, ਵੰਸ਼ ਬਚਾਉਣਾ ਮੁਸ਼ਕਲ ਹੋ ਗਿਆ ਨਸ਼ੇ ਹਥਿਆਰੇ ਤੋਂ, ਕੀ ਮਾਪੇ ਕਰਨ ਉਮੀਦਾਂ ਜੰਗ ਬਲਡ ਕੰਵਾਰੇ ਤੋਂ, ਵੇਖ ਭਗਤ ਸਿੰਘ ਆ ਕੇ ਟੈਂਦੇ ਕਿਲੇ ਉਮੀਦਾਂ ਦੇ, ਵਿੱਚ ਚੁਰਾਹੇ ਰੋਂਦੇ ਖੜੇ ਬੁੱਤ ਸ਼ਹੀਦਾਂ ਦੇ, ਵਿੱਚ ਚੁਰਾਹੇ ਰੋਂਦੇ ਖੜੇ ਬੁੱਤ ਸ਼ਹੀਦਾਂ ਦੇ। ਹੁਣ ਤਾਂ ਜ਼ਿੰਦਗੀ ਹੋ ਗਈ ਹੈ ਮਿੱਤਰਾ, ਹੁਣ ਤਾਂ ਜ਼ਿੰਦਗੀ ਹੋ ਗਈ ਹੈ ਮਿੱਤਰਾ ਸੋਡੇ ਖਾਰੇ ਤੋਂ, ਕੀ ਮਾਪੇ ਕਰਨ ਉਮੀਦਾਂ ਜੰਗ ਬਲਡ ਕੰਵਾਰੇ ਤੋਂ, ਆ ਕੁਰਸੀ ਦੀ ਭੁੱਖ ਨੇ ਕੀਤਾ, ਆ ਕੁਰਸੀ ਦੀ ਭੁੱਖ ਨੇ ਕੀਤਾ ਲੀਡਰ ਲਾਣਾ ਦੋਸ਼ੀਏ, ਜਿੱਧਰ ਦੇਖਾਂ ਉਂਦਰ ਹੁੰਦੀ ਤੱਕੇ ਛਾਈਏ, ਹੀਰ ਸੇਫ ਨਹੀਂ ਜਾਂਦੀ ਮਿੱਤਰਾ, ਹੀਰ ਸੇਫ ਨਹੀਂ ਜਾਂਦੀ ਮਿੱਤਰਾ ਤਖਤ ਹਜ਼ਾਰੇ ਤੋਂ, ਕੀ ਮਾਪੇ ਕਰਨ ਉਮੀਦਾਂ ਜੰਗ ਬਲਡ ਕੰਵਾਰੇ ਤੋਂ, ਵੇਖ ਭਗਤ ਸਿੰਘ ਅੱਜ ਦੀ ਸੋਚ ਚੰਨੀ ਸਾਹਿਬ ਦੀ ਹੈ ਜੀ, ਪਰ ਚੰਨੀ ਸਾਹਿਬ ਜਿੱਦਾਂ ਦੇ ਕੰਮ ਕਰਦੇ ਜੀ, ਸਾਡੇ ਇੱਦਾਂ ਦੇ ਨੁਮਾਇੰਦੇ ਅੱਗੇ ਜਾਣ ਚਾਹੀਦੇ, ਅਤੇ ਕਿਉਂਕਿ ਜਿੱਧਰ ਵੀ ਜਾਂਦਾ ਸੀ ਮੈਨੂੰ ਇੱਕ ਆਵਾਜ਼ ਆਉਂਦੀ ਚੰਨੀ ਸਾਹਿਬ ਜਿੱਦਣ।
ਜਿਹਨਾਂ ਨੇ ਵੋਟਾਂ ਮੰਗਣ ਗਿਆ ਯਾਰ, ਮੈਂ ਕਹਿੰਦਾ ਤੂੰ ਮੇਰਾ ਨਾਮ ਦੇਖ, ਇੱਕ ਵੋਟ ਮੈਨੂੰ ਪਾ ਦਿਓ, ਜੇ ਤੁਹਾਡੇ ਘਰ ਦੀਆਂ ਪੰਜ ਚਾਰ ਉੱਧਰ ਪਾ ਦਿਓ, ਉਹੀ ਯਾਰ ਜਿੱਤਣਾ। ਲੀਡ ਕਿੰਨੀ ਹੋ ਗਈ ਆਪਣੀ? ਇਹ ਨੀਟੂ ਛੱਡਣਾ, ਲੀਡ ਅਸੀਂ ਘੱਟੋ ਘੱਟ 5-6 ਲੱਖ ਤੋਂ ਹਾਰਾਂਗੇ। ਬਿਲਕੁਲ ਮੁਕਾਬਲੇ ਵਿਚ ਨੀ ਹੈ, ਅਰ ਹੋ ਸਕਦਾ ਹੋ ਨੀ ਸਕਦਾ ਪੱਕਾ ਕਿ ਇਹਦੀਆਂ ਵੋਟਾਂ ਵੱਧ ਨਿਕਲਣੀਆਂ, ਸਿਰਫ ਮੇਰੀ ਇਹਨੇ ਵੋਟ ਵਧਾਉਣੀ ਹੈ, ਹੋਰ ਕਿਸੇ ਦੀ ਨਹੀਂ। ਜਿਨ੍ਹਾਂ ਨੇ ਮੇਰੀ ਮਦਦ ਕੀਤੀ ਸੀ ਉਹ ਮੇਰੇ ਕੋਲ ਅੱਜ ਹੀ ਪੈਸੇ ਮੰਗਣ ਲੱਗ ਪਏ। ਮੈਂ ਕਿਹਾ ਜੋਧੇ ਖੜਾ, ਸਭ ਤੁਹਾਡੇ ਆਪਣੇ ਸਟੈਂਡ ਲੈ ਲਓ, ਜੋਧਿਆ ਦਾ ਸਟੈਂਡ ਲੈਣਾ, ਇੱਕ ਸਾਈਕਲ ਦਾ ਸਟੈਂਡ ਦਾ, ਮੈਂ ਕਿਹਾ ਤੁਹਾਡਾ ਵੀ ਸਟੈਂਡ ਹੋਣਾ ਚਾਹੀਦਾ, ਤੁਸੀਂ ਆਪਣਾ ਦੇਖੋ ਮੈਂ ਆਪਣਾ ਦੇਖੋ। ਕਹਿੰਦੇ 3 ਮਹੀਨੇ ਬਾਅਦ ਫਿਰ ਵੋਟਾਂ ਨੀ। ਇੱਕ ਬੰਦਾ ਬੜਾ ਭਲਾਵਾ ਸਰ, ਬੜਾ ਬੰਦਾ CID ਅਫਸਰ, ਬਹੁਤ ਵਧੀਆ ਘੈਂਟ ਬੰਦਾ, ਉਹ ਕਹਿੰਦਾ 50,000 ਰੁਪਇਆ ਤੇ ਗੱਡੀ ਮਿਲ ਲਓ 3 ਮਹੀਨੇ ਬਾਅਦ। ਫਿਰ ਮੈਂ ਉਸ ਨਾਲ ਪਤਾ ਲੱਗਾ ਸਰ ਪੈਸੇ ਨੂੰ ਦੇ ਦਿਓ, ਪ੍ਰੋਟੈਕਸ਼ਨ ਨਹੀਂ ਲੜੂੰਗਾ, ਪੈਸੇ ਲੜੂੰਗਾ ਪ੍ਰੋਟੈਕਸ਼ਨ ਨਹੀਂ ਲੜੂੰਗਾ ਜੀ। ਕਿਉਂਕਿ ਅੱਜ ਨਾ ਬਹੁਤ ਵੱਡੀ ਇੱਕ ਗੱਲ ਹੋ ਗਈ ਕਿ ਜਿਹੜੀ ਸੁਪਨੇ ਜੇ ਕੇ ਸੋਚੀ ਯਾਰ, ਉਹ ਬੰਦੇ ਆਪਣੇ ਧੋਖਾ ਦੇ ਦੇਣਗੇ, ਆਪਾਂ ਕਦੀ ਯਕੀਨ ਨਹੀਂ ਮੰਨਿਆ। ਜਿਹੜੇ ਆਪਣੇ ਬੰਦੇ ਜਦੋਂ ਧੋਖਾ ਦੇਣਾ, ਬੰਦਾ ਬਾਹਰ ਨਾਲ ਲੜਾਈ ਕਰ ਲੈਂਦਾ, ਜਦੋਂ ਆਪਣੇ ਗਦਾਰ ਹੋ ਜਾਣ, ਜਦੋਂ ਆਪਣੇ ਧੋਖੇ ਕਹਿੰਦੇ ਘਰ ਦਾ ਭੇਤੀ ਲੰਕਾ ਢਾਵੇ, ਸਾਡੇ ਘਰ ਦਾ ਬੰਦਾ ਲੰਕਾ ਢਾਂਡਿਆ ਤੇ ਮੈਨੂੰ ਪਤਾ ਨਹੀਂ। ਮੈਂ ਕਿਹਾ ਯਾਰ ਅੱਜ ਤੋਂ ਬਾਅਦ ਖਤਮ, ਕਿਹਦੇ ਵਾਸਤੇ ਕਰ ਰਹੇ ਸੀਗੇ, ਜਿਨ੍ਹਾਂ ਵਾਸਤੇ ਅਸੀਂ ਸੋਚ ਕਰ ਰਹੇ ਸੀ ਉਹਨਾਂ ਵਾਸਤੇ ਖੋਜ ਕਰ ਰਹੇ ਸੀ। ਉਹਨੇ ਆਪਣੇ ਘਰ ਵਾਲੇ ਨੇ ਪਾਈ ਹੈ, ਆਪਣੇ ਭਾਈ ਚੰਨੀ ਨੇ ਪਾਈ ਹੈ। ਅੰਮ੍ਰਿਤਸਰ ਜੋ ਖੜੀ ਕੀਤੀ ਸੀ, ਵਾਰਾਣਸੀ ਮੈਂ ਖੜਾ ਹੋ ਕੇ, ਮੇਰਾ ਮੇਨ ਮੁਕਾਬਲਾ ਸੀਗਾ ਮੋਦੀ ਦਾ, ਮੇਨ ਮੁਕਾਬਲਾ ਸੀਗਾ ਮੋਦੀ ਦਾ। ਪੰਜਾਬ ਦੇ ਹੱਕਾਂ ਵਾਸਤੇ ਮੈਂ ਲੜਿਆ ਸੀ, ਜਵਾਨਾਂ ਵਾਸਤੇ, ਡਰਾਈਵਰਾਂ ਵਾਸਤੇ, ਕਿਸਾਨਾਂ ਵਾਸਤੇ, ਮਜ਼ਦੂਰਾਂ ਵਾਸਤੇ। ਮੈਂ ਵਾਰਾਣਸੀ ਫਾਈਨ ਭਰਨ ਗਿਆ ਤੇ ਉੱਥੇ ਕੀ ਹੋਇਆ, ਮੇਰੇ ਨਾਲ ਸ਼ਨੀਵਾਰ ਛੁੱਟੀ, ਐਤਵਾਰ ਛੁੱਟੀ, ਸੋਮਵਾਰ ਉਹਨੇ ਪਿਓ ਦੇ ਪੁੱਤ ਨੇ ਰੈਲੀ ਕਰ ਦਿੱਤੀ ਕਚਹਿਰੀ ਦੇ ਮੂਹਰੇ, ਉਹਨਾਂ ਨੇ ਬੰਦਾ ਨਹੀਂ ਫੜਕੇ, ਮੰਗਲਵਾਰ ਦਾ ਪੈਰ ਭਰਨ ਆ ਗਿਆ, 4 ਦਿਨ ਕਹਿੰਦੇ ਕਾਲੇ। ਅਸੀਂ ਸੋਚਦੇ ਰਹੇ ਵੀ ਦਿਨੋਂ ਕਿਹੜਾ ਹੋਊਗਾ ਜਦੋਂ ਫੈਲ ਜਮਾ ਕਰਾਵਾਂਗੇ। ਅਸੀਂ ਫੈਲ ਲੈ ਕੇ ਮੈਂ ਤੇ ਮੇਰਾ ਵਕੀਲ ਤੇ 10 ਬੰਦੇ ਬਾਹਰ ਖੜੇ ਹਾਂ। ਚਲੋ ਇੱਥੇ ਤਾਂ ਸਿਸਟਮ ਕੁਛ ਹੋਰ ਆ, ਉੱਥੇ ਦਾ ਜੀ ਇੱਕ ਬੰਦਾ ਜਾ ਕੇ 13 ਰੁਪਏ ਜਮਾ ਕਰਾਏਗਾ ਬੈਂਕ 'ਚ, ਉਹਦੀ ਰਸੀਦ ਲਏਗਾ, ਉਹ ਬੰਦਾ ਤੁਹਾਡੇ ਨਾਲ ਹੋਏਗਾ, ਤਾਂ ਹੀ ਪ੍ਰਪੋਜ਼ਲ ਮੰਨੇਗਾ। ਉਹ ਸਾਰੇ ਕੰਮ ਕਰਨ ਤੋਂ ਬਾਅਦ ਵੀ ਕਿ ਇੰਨੇ ਪੈਸੇ ਖਰਾਬ ਕੀਤੇ, ਮੈਂ ਯਾਰ ਮੈਂ ਤਾਂ ਯਾਰ ਬਹੁਤ ਗਲਤੀ ਹੋ ਗਈ, ਅੱਜ ਏਡਾ ਵੱਡਾ ਨਹੀਂ ਰਿਸਕ ਲੈਣਾ ਸੀਗਾ, ਬਹੁਤ ਛੋਟਾ ਛੋਟਾ ਰਿਸਕ ਲਿਆ ਸੀ, ਪਰ ਜ਼ਿੰਦਗੀ ਦਾ ਏਡਾ ਵੱਡਾ ਰਿਸਕ ਲੈਣ ਤੋਂ ਬਾਅਦ ਵੀ ਇੱਕ ਜ਼ਿੰਦਗੀ ਤੋਂ ਸਮਝ ਮਿਲ ਗਈ ਆ ਵੀ ਹੁਣ ਨਹੀਂ ਲੈਣੀ। ਆਪਾਂ ਤਾਂ ਇੱਕ ਸਾਰੀ ਸੋਚ ਲੈ ਕੇ ਚੱਲੇ ਸੀਗੇ। ਮੈਂ ਤੁਹਾਨੂੰ ਦੱਸਾਂ, ਤੁਹਾਨੂੰ ਚਾਹੀਦਾ ਸੀ ਵਾਰਾਣਸੀ ਲੜਨਾ, ਮੋਦੀ ਨੇ ਭਰਾ ਲੈਣਾ ਸੀ ਉੱਥੇ, ਉਹਨੇ ਫਿਰ ਉੱਥੇ ਪਿਛਾੜੇ ਲੈਣਾ। ਦੇਖੋ ਜੀ, ਮੋਦੀ ਸਾਹਿਬ ਨੇ ਕਿਹਾ ਵਾ, ਮੈਂ ਸੰਵਿਧਾਨ ਦੇ ਰਕਸ਼ਣ ਨੂੰ ਨਹੀਂ ਮੰਨਦਾ, ਮੈਂ ਸੰਵਿਧਾਨ ਨੂੰ ਮੰਨਦਾ, ਅਤੇ ਸਾਡੇ ਬਾਬਾ ਸਾਹਿਬ ਦਾ, ਸਾਡੇ ਮਾਂ ਬਾਪ ਦਾ, ਸਾਡੀ ਅੱਖਾਂ ਨੇ
ਸਾਡੇ ਵਾਲਮੀਕ ਸਮਾਜ, ਗੁਰੂ ਰਵਿਦਾਸ ਸਮਾਜ, ਮਹਾਸ਼ਾ ਸਮਾਜ, ਸਾਡੇ ਕਬੀਰ ਸਮਾਜ, ਸਾਰੇ ਸਮਾਜ ਇਕੱਠੇ ਹੋਏ ਤੇ ਕਿਸੇ ਨੇ ਵੀ ਸਾਡਾ ਜੋ ਨਹੀਂ ਕੀਤਾ। ਮੈਂ ਜਿੱਦਾਂ ਚੁੱਕਾ ਗਿਆ ਸੀਗਾ, ਮੈਂ ਆਪਣਾ ਪੂਰਾ 1.5-2 ਲੱਖ ਰੁਪਇਆ ਇਕੱਠਾ ਕਰਕੇ ਉੱਥੇ ਚੱਲ ਗਿਆ, ਸਾਰਾ ਤਿਆਰੀ ਤਿਉਰੀ ਕਰਕੇ ਪੂਰੀ ਪਲੈਨਿੰਗ ਨਾਲ। ਪਰ ਮੈਨੂੰ ਨਹੀਂ ਪਤਾ ਸੀ ਕਿ ਗੇਮ ਕੁਛ ਹੋਰ ਹੋ ਜਾਣੀ ਹੈ, ਕਿਉਂਕਿ ਸਾਰਾ ਗੇਮ ਹੀ ਬੰਦ ਹੋ ਗਈ। ਮੈਂ ਉੱਥੇ ਗੱਲਾਂ ਕੀ ਕਰਾਂ, ਸਾਰੇ ਲੋਕ ਬਾਹਰ 200 ਬੰਦਾ ਫਾਈਲ ਲੈ ਕੇ ਬਾਹਰ ਖੜਾ ਸੀਗਾ ਤੇ ਮੈਂ ਵੀ ਖੜਾ ਸੀਗਾ, ਤੇ ਪਰ ਲੇਕਿਨ ਨਹੀਂ ਗੱਲ ਬਣੀ। ਚਲੋ ਪਰਮਾਤਮਾ ਰੱਬ ਸਭ ਨੂੰ ਰਾਜ਼ੀ ਰੱਖੇ। ਔਰ ਤੁਹਾਨੂੰ ਅਸੀਂ ਫਿਰ ਦੁਆ ਕਰਾਂਗੇ ਰੱਬ ਤੋਂ ਤੇ ਰਾਹੁਲ ਸਾਹਿਬ ਜੀ ਨੂੰ ਕਹਾਂਗੇ, ਸੋਨੀਆ ਗਾਂਧੀ ਜੀ ਅੱਗੇ ਅਰਦਾਸ ਕਰਾਂਗੇ, ਹੱਥ ਜੋੜ ਕੇ ਬੇਨਤੀ ਕਰਾਂਗੇ ਉਹਨਾਂ ਦੇ ਰੱਬ ਦੇ ਅੱਗੇ ਅਰਦਾਸ ਕਰਾਂਗੇ। ਔਰ ਸੋਨੀਆ ਗਾਂਧੀ ਜੀ ਨੂੰ ਕਹਾਂਗੇ, ਰਾਹੁਲ ਗਾਂਧੀ ਜੀ ਨੂੰ ਕਹਾਂਗੇ ਵੀ ਸਾਡੇ ਸੀਐਮ ਸਾਹਿਬ ਫਿਰ ਦੁਆ ਕਰਾਂ। ਤੇ ਜਿਹਨਾਂ ਨੇ ਇੱਕ ਗੱਲ ਕੀਤੀ ਸੀ ਕਿ ਘਰ ਘਰ ਉੱਠੀ ਗੱਲ, ਚੰਨੀ ਸਾਹਿਬ ਕਰਨਗੇ ਮਸਲੇ ਹੱਲ।